ਅਕਾਲ ਅਕਾਲੀ ਤੇ ਪਰਜਾ ਦਾ ਰਾਜਾ ਮੁਰਦਾਬਾਦ 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 ਅਕਾਲ ਅਕਾਲੀ ਦੇ ਰਾਜਾ ਪਰਜਾ ਕੀ ਹੈਰਾ ਫੇਰੀ ਕਲਾਸ ਹੋਈ ਕਿ ਜਿਹੜੀ ਇਹ ਮੈਨੇਜਮੈਂਟ ਆ ਕਰੋੜਾਂ ਰੁਪਈਆ ਜਿਹੜਾ ਆ ਉਹ ਨੱਪ ਕੇ ਬੈਠੀ ਆ ਕਿ ਇਹਦਾ 7% ਡੀਜ਼ਲ ਦਾ ਰਵਾਈ ਦਾ ਰੁਪਈਆ ਆ ਜਾਂ ਕਰੋਨਾ ਮਹਾਮਾਰੀ ਦੌਰਾਨ ਵਿੱਚ ਜਿਹੜਾ 70% ਹਾਈਕੋਰਟ ਵੱਲੋਂ ਦਿਹਾਤਾਂ ਹੋਈਆਂ ਸੀ ਕਿ 70% ਤੁਸੀਂ ਫੀਸ ਲੈਣੀ ਆ ਉਹਦੇ ਵਿੱਚੋਂ ਸਟਾਫ ਨੂੰ ਦੇਣੀ ਆ ਭੁਗਤਾਨ ਸਟਾਫ ਦੇ ਨਾਲ ਕਰਨਾ ਔਰ ਇਹਨਾਂ ਨੇ ਕਿਸੇ ਨੂੰ ਵੀ ਕੋਈ ਰੁਪਈਆ ਨਹੀਂ ਦਿੱਤਾ ਕਰੋੜਾਂ ਰੁਪਈਆ ਲਾਕਡਾਊਨ ਦੇ ਵਿੱਚ ਆਪ ਕਮਾ ਕੇ ਖਾ ਗਏ ਆ ਸਾਡਾ 2013 ਤੋਂ ਪਕਾਇਆ ਕੋਈ 70 ਲੱਖ ਤੋਂ ਤਕਰੀਬਨ ਬਣਦਾ ਵਾ ਇਹਨਾਂ ਨੇ ਸਾਡੇ ਨਾਲ ਪਹਿਲਾਂ ਵਾਅਦਾ ਕੀਤਾ ਵੀ ਅਸੀਂ ਤੁਹਾਨੂੰ ਦੇਵਾਂਗੇ ਸਾਨੂੰ ਅੱਜ ਦੀ ਡੇਟ ਤੱਕ ਇਹਨਾਂ ਨੇ ਕੋਈ ਬਕਾਇਆ ਨਹੀਂ ਦਿੱਤਾ ਜੋ ਇਹਨਾਂ ਦੀ ਮੰਗਾਂ ਨੇ ਉਹ ਬਿਲਕੁਲ ਹੀ ਨਾ ਮੰਨਣ ਯੋਗ ਨੇ ਕੁਛ ਮੰਗਾਂ ਜਿਹੜੀਆਂ ਜਾਇਜ਼ ਨੇ ਉਹ ਅਸੀਂ ਵੀ ਉਸ ਨਾਲ ਸਹਿਮਤ ਹਾਂ ਕਿ ਉਹ ਅਸੀਂ ਜੋ ਇਹਨਾਂ ਦਾ ਹੱਕ ਮੰਗ ਰਹੇ ਨੇ ਉਹ ਅਸੀਂ ਦੇਣ ਨੂੰ ਤਿਆਰ ਹਾਂ ਗੁਰਦੁਆਰਾ ਸ਼੍ਰੀ ਬੜੂ ਸਾਹਿਬ ਸੰਸਥਾ ਨਾਲ ਸੰਬੰਧਿਤ ਗੁਰਦਾਸਪੁਰ ਤਿੱਬੜੀ ਰੋਡ ਸਥਿਤ ਅਕਾਲ ਅਕੈਡਮੀ ਦੇ ਡਰਾਈਵਰ ਅਤੇ ਟਰਾਂਸਪੋਰਟਰ ਮਾਲਕ ਨੇ ਅਕੈਡਮੀ ਦੇ ਪ੍ਰਬੰਧਕਾਂ ਦੇ ਖਿਲਾਫ ਅਕੈਡਮੀ ਦੇ ਬਾਹਰ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਆਰੋਪ ਲਗਾਏ ਹਨ ਕਿ ਅਕਾਲ ਅਕੈਡਮੀ ਦੇ ਪ੍ਰਬੰਧਕਾਂ ਵੱਲੋਂ ਲਾਕਡਾਊਨ ਦੌਰਾਨ ਮਾਪਿਆਂ ਤੋਂ ਵਸੂਲ ਕੀਤੀ ਗਈ 70% ਫੀਸ ਵਿੱਚੋਂ ਟਰਾਂਸਪੋਰਟਰ ਮਾਲਕਾਂ ਅਤੇ ਡਰਾਈਵਰਾਂ ਨੂੰ ਕੁਝ ਨਹੀਂ ਦਿੱਤਾ ਗਿਆ ਅਤੇ ਡਰਾਈਵਰਾਂ ਦਾ 7% ਡੀਜ਼ਲ ਦਾ ਖਰਚਾ ਵੀ ਉਹਨਾਂ ਨੂੰ ਦਿੱਤਾ ਨਹੀਂ ਗਿਆ ਜਿਸ ਦੇ ਚੱਲਦੇ ਰੋਸ ਵਜੋਂ ਅੱਜ ਉਹਨਾਂ ਨੇ ਅਕੈਡਮੀ ਦੇ ਬਾਹਰ ਰੋਸ ਪ੍ਰਦਰਸ਼ਨ ਕਰਕੇ ਮੈਨੇਜਮੈਂਟ ਤੋਂ ਮੰਗ ਕੀਤੀ ਹੈ ਕਿ ਉਹਨਾਂ ਦਾ ਬਣਦਾ ਬਕਾਇਆ ਜਾਰੀ ਕੀਤਾ ਜਾਵੇ ਉੱਥੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਰਾਈਵਰਾਂ ਅਤੇ ਟਰਾਂਸਪੋਰਟਰ ਮਾਲਕਾਂ ਨੇ ਕਿਹਾ ਕਿ ਪਿਛਲੇ 15 ਸਾਲਾਂ ਤੋਂ ਉਹਨਾਂ ਦੀਆਂ ਗੱਡੀਆਂ ਗੁਰਦੁਆਰਾ ਸ਼੍ਰੀ ਬੜੂ ਸਾਹਿਬ ਸੰਸਥਾ ਨਾਲ ਸੰਬੰਧਿਤ ਗੁਰਦਾਸਪੁਰ ਸਥਿਤ ਅਕਾਲ ਅਕੈਡਮੀ ਵਿੱਚ ਲੱਗੀਆਂ ਹੋਈਆਂ ਨੇ ਅਤੇ ਲਾਕਡਾਊਨ ਦੌਰਾਨ ਅਕਾਲ ਅਕੈਡਮੀ ਦੇ ਪ੍ਰਬੰਧਕਾਂ ਨੇ ਮਾਪਿਆਂ ਤੋਂ ਜੋ 70% ਫੀਸ ਵਸੂਲ ਕੀਤੀ ਹੈ ਉਹਨਾਂ ਵਿੱਚੋਂ ਡਰਾਈਵਰਾਂ ਨੂੰ ਕੁਝ ਵੀ ਨਹੀਂ ਦਿੱਤਾ ਗਿਆ ਅਕਾਲ ਅਕੈਡਮੀ ਜਿਹੜੀ ਮੈਨੇਜਮੈਂਟ ਬੜੂ ਸਾਹਿਬ ਆ ਇਹਨਾਂ ਦੀ ਇਹ ਮਤਲਬ ਲੰਮੇ ਸਮੇਂ ਤੋਂ ਜਿਹੜੀਆਂ 2013 ਤੋਂ ਅਕਾਲ ਅਕੈਡਮੀ ਵਿੱਚ ਗੱਡੀਆਂ ਚੱਲ ਰਹੀਆਂ ਟਰਾਂਸਪੋਰਟਰਾਂ ਦੀਆਂ ਵੱਖ ਵੱਖਾਂ ਤੋਂ ਉਹਨਾਂ ਦਾ ਕਾਫੀ ਮੈਨੇਜਮੈਂਟ ਜਿਹੜੀ ਆ ਮੰਨ ਲਓ 70 ਕੁ ਲੱਖ ਦੇ ਕਰੀਬ ਜਿਹੜਾ ਇੱਥੇ ਦਾ ਅਕਾਲ ਅਕੈਡਮੀ ਤਿੱਬੜ ਦਾ ਰੁਪਈਆ ਆ ਔਰ ਜਿਹੜੀਆਂ ਬਾਹਰਲੇ ਜ਼ਿਲ੍ਹਿਆਂ 'ਚੋਂ ਅਕਾਲ ਅਕੈਡਮੀ ਆਈਆਂ ਨੇ ਜਿੱਦਾਂ ਸ਼ੇਰੋ ਬਾਘਾ ਬਾਬਾ ਕਾਲਾ ਸਾਹਿਬ ਤੋਂ ਜਾਂ ਤਰਨ ਤਾਰਨ ਤੋਂ ਢੋਟੀਆਂ ਰਾਮਪੁਰ ਨਰੋਤਮਪੁਰ ਪੀਰਬਖਸ਼ ਇਹ ਮੰਨ ਲਓ ਕਪੂਰਥਲਾ ਤੋਂ ਮਤਲਬ ਸਾਰੀਆਂ ਦੀ ਮੁਸ਼ਕਲ ਇੱਕ ਹੈ ਕਿ ਜਿਹੜੀ ਇਹ ਮੈਨੇਜਮੈਂਟ ਆ ਕਰੋੜਾਂ ਰੁਪਈਆ ਜਿਹੜਾ ਆ ਉਹ ਨੱਪ ਕੇ ਬੈਠੀ ਆ ਕਿ ਇਹਦਾ 7% ਡੀਜ਼ਲ ਦਾ ਰਵਾਈ ਦਾ ਰੁਪਈਆ ਆ ਜਾਂ ਕਰੋਨਾ ਮਹਾਮਾਰੀ ਦੌਰਾਨ ਵਿੱਚ ਜਿਹੜਾ 70% ਹਾਈਕੋਰਟ ਵੱਲੋਂ ਦਿਹਾਤਾਂ ਹੋਈਆਂ ਸੀ ਕਿ 70% ਤੁਸੀਂ ਫੀਸ ਲੈਣੀ ਆ ਉਹਦੇ ਵਿੱਚੋਂ ਸਟਾਫ ਨੂੰ ਦੇਣੀ ਆ ਭੁਗਤਾਨ ਸਟਾਫ ਦੇ ਨਾਲ ਕਰਨਾ ਔਰ ਇਹਨਾਂ ਨੇ ਕਿਸੇ ਨੂੰ ਵੀ ਕੋਈ ਰੁਪਈਆ ਨਹੀਂ ਦਿੱਤਾ ਕਰੋੜਾਂ ਰੁਪਈਆ ਲਾਕਡਾਊਨ ਦੇ ਵਿੱਚ ਆਪ ਕਮਾ ਕੇ ਖਾ ਗਏ ਆ ਔਰ ਜਿਹੜੇ ਬਾਕੀ ਜਿਹੜੇ ਇਹਨਾਂ ਦੇ ਨਾਲ ਵਰਕਰ ਕੰਮ ਕਰਨ ਵਾਲੇ ਆ ਉਹਨਾਂ ਨੂੰ ਘਰੋਂ ਬੇਘਾਰ ਕਰ ਦਿੱਤਾ ਕੋਲੋ ਜੀ ਜਿਹੜਾ ਆਪਣੇ ਕੋਲੋਂ ਅਕਾਲ ਅਕੈਡਮੀ ਤਿੱਬੜ ਨੇ ਲੈਣਾ ਕੋਈ 70 ਕੁ ਲੱਖ ਦੇ ਕਰੀਬ ਜਿਹੜੀ ਅਸੀਂ ਅਮਾਊਂਟ ਬਣਾਈ ਆ ਔਰ ਇਹ ਆਪਣੇ ਕੋਲੋਂ ਕਿਹੜੀ ਅਮਾਊਂਟ ਬਣਾਉਂਦੇ ਆ ਉਹਦੇ ਮੁਤਾਬਕ ਦੇਖਿਆ ਜਾਏਗਾ ਜੋ ਅਸੀਂ ਆਪਣੇ ਰਿਕਾਰਡਿੰਗ ਬਣਾਈ ਉਹ 70 ਲੱਖ ਰੁਪਈਆ ਜੀ ਜਿਹੜੀ ਆਪਾਂ ਮੰਗ ਕੱਲ੍ਹ ਤੋਂ ਰੱਖੀ ਆ ਕੱਲ੍ਹ ਤੋਂ ਧਰਨਾ ਜਾਰੀ ਆ ਇੱਥੇ ਸਵੇਰੇ 9 ਵਜੇ ਤੋਂ ਲੇਕਿਨ ਅੱਜ ਦੂਜੇ ਦਿਨ ਵੀ ਆ ਧਰਨਾ ਜਾਰੀ ਜੇ ਸਾਡੀ ਮੰਗ ਇਹਨਾਂ ਨਾ ਸੁਣੀ ਤਾਂ ਫਿਰ ਜਿਹੜਾ ਸਾਡੀ ਧਰਨੇ ਦੀ ਰੂਪ ਰੇਖਾ ਇਹਨੂੰ ਆਪਾਂ ਹੋਰ ਬਦਲ ਕੇ ਕੋਈ ਹੋਰ ਨਵਾਂ ਸਖਤ ਐਕਸ਼ਨ ਲਓ ਜੀ ਇੱਕ ਤਾਂ ਜਿਹੜੀਆਂ ਸਾਡੀਆਂ ਅਕਾਲ ਅਕੈਡਮੀ ਤਿੱਬਰ ਦੇ ਨਾਲ ਜਿੰਨੀਆਂ ਵੀ ਸਕੂਲ ਬੱਸਾਂ ਨੇ ਉਹ ਮੰਨ ਲਓ 15 ਸਾਲ ਲਈ ਵੈਲਡਡ ਨੇ ਇੱਥੇ ਚੱਲਣ ਵਾਸਤੇ ਨਵੀਆਂ ਪਾਈਆਂ ਕਰਜ਼ੇ ਦੇ ਥੱਲੇ ਹਰ ਕੋਈ ਟਰਾਂਸਪੋਰਟਰ ਆ ਜਾਂ ਕੋਈ ਸਿੰਗਲ ਹੈ ਚਾਹੇ ਕਿਸੇ ਕੋਈ 4 ਆ ਚਾਹੇ 5 ਵਾ ਉਹ ਗੱਡੀਆਂ ਦੇ ਉੱਪਰ ਕਰਜ਼ਾ ਆ ਅਸੀਂ ਚਾਹੁੰਦੇ ਹਾਂ ਕਿ 15 ਸਾਲ ਚੱਲਣ ਔਰ ਇਹਨਾਂ ਵੱਲੋਂ ਕਿਹਾ ਜਾਂਦਾ ਕਿ 3 ਸਾਲ ਦਾ ਤੁਹਾਡੇ ਨਾਲ ਐਗਰੀਮੈਂਟ ਆ ਅਤੇ ਤੁਸੀਂ ਆਪਣੀਆਂ ਗੱਡੀਆਂ ਹੋਰ ਕਿਸ ਅਕੈਡਮੀ 'ਚ ਲੈ ਜਾਓ
ਜਾਂ ਸਾਨੂੰ ਪ੍ਰਸ਼ਾਸਨ ਕਿਤੇ ਰੋਡ 'ਤੇ ਪਰਮਿਟ ਲੈ ਦੇ ਜਾਂ ਕਿਸੇ ਹੋਰ ਸਕੂਲ 'ਚ ਲਵਾ ਦੇ ਜਾਂ ਸਾਨੂੰ ਮੰਨ ਲਓ ਸਰਕਾਰ ਦੇ ਗਾੜੀ ਅਸੀਂ ਅਪੀਲ ਕਰਦੇ ਹਾਂ ਮੁੱਖ ਮੰਤਰੀ ਪੰਜਾਬ ਕੈਪਟਨ ਮਨਿੰਦਰ ਸਿੰਘ ਦੇ ਗਾੜੀ ਕਿ ਜਾਂ ਭਾਈ ਸਾਨੂੰ ਰੋਡ ਪਰਮਿਟ ਦਿੱਤੇ ਜਾਣ ਅਤੇ ਗੱਡੀਆਂ ਰੋਡ 'ਤੇ ਚੱਲ ਸਕਣ, ਨਹੀਂ ਤਾਂ ਹੋਰ ਕਿਤੇ ਸਕੂਲ 'ਚ ਲਵਾ ਦਿਓ। ਅਸੀਂ ਤਾਂ ਇਹਨਾਂ ਵਾਸਤੇ ਲਈਆਂ, ਇੱਥੇ ਹੀ ਸਰਨਗੀਆਂ ਅਤੇ ਇੱਥੇ ਹੀ ਗੱਲਣਗੀਆਂ। 15 ਸਾਲ ਦੇ ਜਿਹੜੇ ਪੈਸੇ ਆ ਉਹ ਸਾਨੂੰ ਦੇ ਦੇਣ, ਜੇ ਨਹੀਂ ਦੇ ਸਕਦੇ ਤਾਂ ਸਾਡੀਆਂ ਗੱਡੀਆਂ ਚਲਵਾ ਲੈ। ਸਾਡਾ 2013 ਤੋਂ ਬਕਾਇਆ ਕੋਈ 70 ਲੱਖ ਤੋਂ ਤਕਰੀਬਨ ਬਣਦਾ ਵਾ। ਇਹਨਾਂ ਨੇ ਸਾਡੇ ਨਾਲ ਪਹਿਲਾਂ ਵਾਅਦਾ ਕੀਤਾ ਵੀ ਅਸੀਂ ਤੁਹਾਨੂੰ ਦੇਵਾਂਗੇ, ਸਾਨੂੰ ਅੱਜ ਦੀ ਡੇਟ ਤੱਕ ਇਹਨਾਂ ਨੇ ਕੋਈ ਬਕਾਇਆ ਨਹੀਂ ਦਿੱਤਾ। ਜਿਹੜਾ ਸਾਡੀ ਕਰੋਨਾ ਜੀ ਉਹ ਵੀ ਇਹਨਾਂ ਨੇ ਸਾਡੇ ਨਾਲ ਐਗਰੀਮੈਂਟ ਬਹਿ ਕੇ ਕੀਤਾ ਸੀ ਵੀ ਤੁਹਾਨੂੰ ਉਹਦੇ ਵਿੱਚ ਅਸੀਂ ਕੁਛ ਪੈਸੇ ਦੇਵਾਂਗੇ, ਉਹ ਵੀ ਨਹੀਂ ਇਹਨਾਂ ਨੇ ਦਿੱਤੇ। ਹੁਣ ਵੀ ਤੁਹਾਡੀ 1-2 ਘੰਟੇ ਪਹਿਲਾਂ ਗੱਲ ਸਾਡੀ ਸਿਰੇ ਤਕਰੀਬਨ ਚਾੜੀ ਗਈ ਸੀ, ਇਹ ਕਹਿੰਦੇ ਅਸੀਂ ਪੈਸੇ ਦੇਣ ਨੂੰ ਤਿਆਰ ਹਾਂ ਲੇਕਿਨ ਪੈਸੇ ਲੈ ਲਓ, ਬੱਸਾਂ ਤੁਹਾਡੀਆਂ ਅਸੀਂ ਇੱਥੋਂ ਕੱਢ ਦਾਂਗੇ। ਅਸੀਂ ਕਿਹਾ ਵੀ ਸਾਨੂੰ ਇਹ ਮਨਜ਼ੂਰ ਨਹੀਂ, ਬੱਸਾਂ ਸਾਡੀਆਂ ਇੱਥੇ 15 ਸਾਲ ਚੱਲਣਗੀਆਂ, ਜਿੰਨਾ ਜਿਹਾ ਸਾਡਾ ਗੌਰਮੈਂਟ ਦਾ ਸਾਨੂੰ ਸਟੇਸ਼ਨ ਨੇ 15 ਸਾਲ ਗੱਡੀ ਸਾਡੀ ਸਕੂਲ 'ਚ ਵੈਲਿਡ ਆ, ਉਸੇ ਸਕੂਲ ਦੇ ਵਿੱਚ ਹੀ 15 ਸਾਲ ਚੱਲੇਗੀ। ਅੱਜ ਦਾ ਜਿਹੜਾ ਪ੍ਰੋਸੈਸਨ ਆ, ਜਦ ਤੱਕ ਨਹੀਂ ਪੈਸੇ ਦਿੰਦੇ ਉਹ ਸਾਡਾ ਇੱਦਾਂ ਹੀ ਜਾਰੀ ਰਹੇਗਾ। ਉੱਥੇ ਇਸ ਸੰਬੰਧੀ ਜਦੋਂ ਅਕਾਲ ਅਕੈਡਮੀ ਦੇ ਪ੍ਰਬੰਧਕ ਹਰਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਹਨਾਂ ਡਰਾਈਵਰਾਂ ਅਤੇ ਟਰਾਂਸਪੋਰਟਰ ਮਾਲਕਾਂ ਨਾਲ ਉਹਨਾਂ ਦਾ 4 ਸਾਲ ਦਾ ਕੰਟਰੈਕਟ ਹੋਇਆ ਸੀ ਜੋ ਖਤਮ ਹੋ ਚੁੱਕਿਆ ਹੈ। ਉਹਨਾਂ ਨੇ ਕਿਹਾ ਕਿ ਜੋ ਡਰਾਈਵਰਾਂ ਨਾਲ ਕੰਟਰੈਕਟ ਹੋਇਆ ਸੀ ਉਸ ਵਿੱਚ ਕਿਤੇ ਨਹੀਂ ਲਿਖਿਆ ਗਿਆ ਕਿ ਜੇਕਰ ਬੱਸਾਂ ਖੜੀਆਂ ਰਹਿਣਗੀਆਂ ਤਾਂ ਉਹਨਾਂ ਨੂੰ ਉਸਦਾ ਖਰਚਾ ਦਿੱਤਾ ਜਾਏਗਾ। ਇਹ ਅਕਾਲ ਅਕੈਡਮੀ ਤਿੱਬੜ ਦੇ ਜੋ ਬੱਸਾਂ ਵਾਲਿਆਂ ਨੇ ਬਾਹਰ ਧਰਨਾ ਲਾਇਆ ਹੋਇਆ, ਇਹ ਮੇਨ ਕੋਈ ਵੀ ਵਿਵਾਦ ਵੱਡਾ ਨਹੀਂ ਹੈਗਾ। ਜੋ ਇਹਨਾਂ ਦੀ ਮੰਗਾਂ ਨੇ ਉਹ ਬਿਲਕੁਲ ਹੀ ਨਾ ਮੰਨਣ ਯੋਗ ਨੇ। ਕੁਛ ਮੰਗਾਂ ਜਿਹੜੀਆਂ ਜਾਇਜ਼ ਨੇ ਉਹ ਅਸੀਂ ਵੀ ਉਸ ਨਾਲ ਸਹਿਮਤ ਹਾਂ ਕਿ ਉਹ ਅਸੀਂ ਜੋ ਇਹਨਾਂ ਦਾ ਹੱਕ ਮੰਗ ਰਹੇ ਨੇ ਉਹ ਅਸੀਂ ਦੇਣ ਨੂੰ ਤਿਆਰ ਹਾਂ, ਪਰ ਉਹਦੇ ਵਿੱਚ ਇਹਨਾਂ ਦਾ ਕੁਛ ਵਿਵਾਦ ਨੇ। ਜਿਸ ਤਰ੍ਹਾਂ ਇਹ ਪਹਿਲੀ ਗੱਲ ਕਿ 7% ਡੀਜ਼ਲ ਦਾ ਮੰਗ ਰਹੇ ਨੇ, ਉਹ ਸਾਡੇ ਮੁਤਾਬਕ ਸਾਰਾ ਇਹਨਾਂ ਕੋਲ ਜਾ ਚੁੱਕਾ। ਅਗਰ ਉਹਦੇ ਵਿੱਚ ਇਹਨਾਂ ਨੂੰ ਫਰਕ ਲੱਗਦਾ ਕਿ ਉਹ ਕਿਸੇ ਕਮੀ ਰਹਿ ਗਈ ਹੈ ਤਾਂ ਇਹ ਆਪਣਾ ਰਿਕਾਰਡ ਕੋਈ ਲਿਆ ਕੇ ਸਾਨੂੰ ਦਿਖਾ ਦੇਣ, ਜੋ ਜਾਇਜ਼ ਪੈਸਾ ਹੋਏਗਾ ਅਸੀਂ ਉਹ ਵੀ ਦੇਵਾਂਗੇ 7% ਵਾਲਾ। ਉਸ ਤੋਂ ਇਲਾਵਾ ਇਹ ਕਹਿ ਰਹੇ ਨੇ ਕਿ ਸਰਕਾਰ ਨੇ ਆਰਡਰ ਦਿੱਤਾ ਸੀ ਕਿ ਜੋ 70% ਫੀਸ ਲਈ ਆ ਉਹਦੇ ਵਿੱਚੋਂ ਸਾਨੂੰ ਵੀ ਪੈਸੇ ਦਿੱਤੇ ਜਾਣ। ਅਗਰ ਉਹ ਕੋਰਟ ਦਾ ਆਰਡਰ ਹੈ ਕਿ ਟਰਾਂਸਪੋਰਟ ਨੂੰ ਉਹਦੇ ਵਿੱਚੋਂ ਪੈਸੇ ਦੇਣੇ ਨੇ, ਉਹ ਕੋਈ ਆਰਡਰ ਹੈਗਾ ਤਾਂ ਉਹ ਸਾਨੂੰ ਲਿਆ ਕੇ ਦਿਖਾ ਦੇਣ। ਅਸੀਂ ਉਸ ਦਾ ਵੀ ਸੰਸਥਾ ਦੇ ਹੈੱਡਕੁਆਟਰ 'ਤੇ ਇਸ ਦੀ ਸਾਰੀ ਜਾਣਕਾਰੀ ਲੈ ਕਰਕੇ ਉੱਥੇ ਸਲਾਹ ਕਰਕੇ ਉਸ 'ਤੇ ਵੀ ਵਿਚਾਰ ਕੀਤੀ ਜਾਵੇਗੀ ਜੇ ਕੋਰਟ ਦਾ ਆਰਡਰ ਹੈ ਤਾਂ। ਅਗਰ ਨਹੀਂ ਹੈਗਾ ਤਾਂ ਫਿਰ ਇਸ ਤਰ੍ਹਾਂ ਇਹ ਵਿਵਾਦ ਖੜ੍ਹਾ ਕਰਨਾ ਇਹ ਉਹਨਾਂ ਵਾਸਤੇ ਚੰਗਾ ਨਹੀਂ ਹੈਗਾ। ਜੋ ਮੇਨ ਗੇਟ ਨੂੰ ਬੰਦ ਕਰਕੇ ਆਪਣਾ ਇਹ ਜੋ ਦਿਖਾਉਣਾ ਚਾਹੁੰਦੇ ਨੇ ਇਹ ਠੀਕ ਨਹੀਂ ਹੈ ਉਹਨਾਂ ਵਾਸਤੇ। ਅੰਦਰ ਬੱਚੇ ਆਪਣੇ ਆਪ ਜੋ ਪੇਰੈਂਟਸ ਛੱਡ ਜਾਂਦੇ ਨੇ ਉਹ ਪੜ੍ਹ ਰਹੇ ਨੇ, ਉਹਨਾਂ ਦੀ ਪੜ੍ਹਾਈ ਵੀ ਖਰਾਬ ਹੋ ਰਹੀ ਹੈ। ਉਸਦਾ ਕੋਈ ਉਹਨਾਂ ਕੋਲ ਰਿਕਾਰਡ ਹੈ, ਪੇਪਰ ਹੈ ਤਾਂ ਉਹ ਲਿਆ ਕੇ ਦਿਖਾਉਣ। ਅਗਰ ਉਹ ਜਾਇਜ਼ ਹੋਏਗਾ ਅਸੀਂ ਬੈਠ ਕੇ ਵਿਚਾਰ ਕਰ ਲਾਂਗੇ। ਇੱਕ ਬਾਬਾ ਕਹਿੰਦੇ ਬੱਸਾਂ ਦਾ ਅਗਰੀਮੈਂਟ 15 ਸਾਲ ਦਾ ਹੋਇਆ ਤੁਸੀਂ ਬੱਸਾਂ ਹਟਾ ਰਹੇ ਹੋ। ਨਹੀਂ ਅਸੀਂ ਹਟਾ ਨਹੀਂ ਰਹੇ, ਅਸੀਂ ਜੋ ਪਹਿਲਾ ਐਗਰੀਮੈਂਟ ਹੋਇਆ ਸੀ ਜਿਸ ਦਿਨ ਗੱਡੀ ਇਹ ਲਈ ਜਾਂਦੀ ਹੈ, ਅੱਜ ਤੋਂ 8 ਸਾਲ ਹੋ ਗਏ ਜਦੋਂ ਦੀਆਂ ਗੱਡੀਆਂ ਪਾਈਆਂ ਗਈਆਂ ਨੇ। ਸਾਡੇ ਨਾਲ 2-2 ਵਾਰ ਐਗਰੀਮੈਂਟ ਹੋ ਚੁੱਕਾ ਇਹਨਾਂ ਦਾ, ਹੁਣ 3ਰੀ ਵਾਰ ਹੋਣਾ, ਜਿਹੜਾ ਕਿ ਪਿਛਲੇ ਸਾਲ ਤੋਂ ਸਾਰੇ ਐਗਰੀਮੈਂਟ ਖਤਮ ਹੋ ਚੁੱਕੇ ਨੇ, ਇੱਕ ਗੱਡੀ ਦਾ ਰਹਿੰਦਾ ਬਾਕੀ ਸਾਰੇ ਖਤਮ ਹੋ ਚੁੱਕੇ ਨੇ। ਉਹ ਅਗਰ ਦੋਵਾਂ ਧਿਰਾਂ ਦੀ ਸਹਿਮਤੀ ਹੋਏਗੀ ਤਾਂ ਐਗਰੀਮੈਂਟ ਹੋਏਗਾ, ਤਾਂ ਹੀ ਉਹ ਅੱਗੇ ਚੱਲੇਗਾ। ਬੱਚਿਆਂ ਦੀ ਸੇਫਟੀ ਨੂੰ ਮੁੱਖ ਰੱਖਦਿਆਂ ਹੋਇਆ ਸਾਰਾ ਕਾਰਜ ਕਰੋ ਤਾਂ ਕਿ ਇਹਦੇ ਵਿੱਚ ਕੋਈ ਦਿੱਕਤ ਨਾ ਆ ਸਕੇ। ਜੋ ਛੋਟੇ ਛੋਟੇ ਬੱਚੇ ਘਰਾਂ 'ਚੋਂ ਆਉਂਦੇ ਨੇ ਉਹਨਾਂ ਨੂੰ ਕੋਈ ਵੀ ਤਕਲੀਫ ਨਾ ਆਵੇ। ਅੱਜ 1.5 ਸਾਲ ਬਾਅਦ ਸਕੂਲ ਖੁੱਲ੍ਹੇ ਨੇ, ਜਿਸ ਦਿਨ ਖੁੱਲ੍ਹੇ ਨੇ ਉਸੇ ਦਿਨ ਹੀ ਇਹਨਾਂ ਨੇ ਰੌਲਾ ਸ਼ੁਰੂ ਕਰ ਦਿੱਤਾ। ਦੂਸਰਾ, ਇਹਨਾਂ ਦੀਆਂ ਗੱਡੀਆਂ ਦੇ ਕਾਗਜ਼ ਨਹੀਂ ਪੂਰੇ ਹੁੰਦੇ, ਅਸੀਂ ਇਸ ਚੀਜ਼ 'ਤੇ ਬਹੁਤ ਜ਼ੋਰ ਦਿੰਦੇ ਹਾਂ।
ਕਿਸੇ ਗੱਡੀ ਦੀ ਇੰਸ਼ੋਰੈਂਸ ਨਹੀਂ ਹੁੰਦੀ, ਅਗਰ ਉਹ ਨਹੀਂ ਹੈਗੀ ਸਾਡੀ ਨੋਟਿਸ ਦੇਣ ਤੋਂ ਬਾਅਦ ਵੀ ਉਹ ਕਈ ਕਈ ਮਹੀਨੇ ਉਸ ਤਰ੍ਹਾਂ ਹੀ ਚੱਲਦੀਆਂ, ਕਈ ਵਾਰ ਉਹਦੇ ਪਰਮਿਟ ਨਹੀਂ ਹੁੰਦਾ ਜਾਂ ਡਰਾਈਵਰੀ ਲਾਇਸੈਂਸ ਦੀ ਡੇਟ ਲੰਘ ਚੁੱਕੀ ਹੁੰਦੀ ਹੈ। ਜੋ ਕੌਲਮ ਇਹਨਾਂ ਨੇ ਗੱਡੀਆਂ ਦੇ ਸਾਰੇ ਪੂਰੇ ਕਰਨੇ ਨੇ ਉਹ ਪੂਰੇ ਨਹੀਂ ਹੁੰਦੇ, ਜਿਸ ਦੇ ਉੱਤੇ ਸਾਨੂੰ ਇਹਨਾਂ ਨਾਲ ਇਸ ਗੱਲ 'ਤੇ ਵੀ ਸਹਿਮਤੀ ਪੂਰੀ ਨਹੀਂ ਬਣ ਪਾਉਂਦੀ। ਇਲਜ਼ਾਮਾਂ ਦੇ ਵਿੱਚ ਕੋਈ ਦਮ ਨਹੀਂ ਹੈਗਾ। ਅਗਰ ਜਿਹੜਾ ਵੀ ਇਲਜ਼ਾਮ ਲਾਉਂਦੇ ਨੇ ਉਹ ਕਾਗਜ਼ੀ ਕਾਰਵਾਈ ਲੈ ਕੇ ਆਉਣ, ਕਾਗਜ਼ ਬੋਲਣਗੇ, ਅਸੀਂ ਉਸ ਦੇ ਉੱਤੇ ਸਹਿਮਤਾਂ ਦੇਵਾਂਗੇ ਜੋ ਕਾਗਜ਼ ਬੋਲੇਗਾ, ਸਾਡੇ ਨਾਲ ਬੈਠ ਕੇ ਵਿਚਾਰ ਕਰਨ। ਅਗਰ ਅਸੀਂ ਸਾਨੂੰ ਧਿਰ ਸਮਝਦੇ ਨੇ ਉਹ ਆਪਣੀ ਇੱਕ ਧਿਰ ਤੀਸਰਾ ਆਦਮੀ ਵਿੱਚ ਕੋਈ ਇਨਵਾਲਵ ਕਰ ਲੈਣ ਜਿਹੜਾ ਕਲੈਰੀਕਲ ਜੋਬ ਕਰਦਾ ਹੋਵੇ, ਜਿਹੜਾ ਇਸ ਚੀਜ਼ ਨੂੰ ਫਾਲੋ ਕਰ ਸਕੇ ਕਿ ਕੀ ਦੇਣਾ ਹੈ ਕੀ ਨਹੀਂ ਦੇਣਾ, ਉਹਨਾਂ ਨੂੰ ਵਿੱਚ ਬਿਠਾਲ ਕੇ ਫੈਸਲਾ ਕਰ ਲੈਣ। ਲਾਈਵ ਟੀਵੀ ਚੈਨਲ ਦੇ ਲਈ ਅੰਮ੍ਰਿਤਸਰ ਤੋਂ ਗੌਰਵ ਕੁਮਾਰ ਦੀ ਰਿਪੋਰਟ।